ਕਿੱਥੇ ਚੱਲਿਆ? ਕਮਨਾ ਤੂੰ ਮਾਦਰੋ ਹੱਥ ਮਾਰ ਦਿਨਾ ਵੇ, ਬੇੜਾ ਬਹਿ ਜੇ ਤੇਰਾ ਵੇ। ਤੂੰ ਮੈਨੂੰ ਨੀ ਪਛਾਣਦਾ, ਮੈਨੂੰ ਤਾਂ ਲੱਗਦਾ ਤੇਰੀ ਨਿਗਾਹ ਗਈ। ਨਿਗਾ ਨੀ ਤੂੰ ਹੈ ਕੌਣਾ, ਮੈਂ ਨੀ ਇਹੋ ਜੀ ਔਰਤ ਨਾਲ ਬੋਲਦਾ। ਕਮਨਾ ਤੂੰ ਵੇ, ਤੂੰ ਧਿਆਨ ਨਾਲ ਦੇਖ, ਹੱਦ ਹੋ ਗਈ ਬੰਤ। ਬੱਬਲ ਵਰਗੀ ਲੱਗਦੀ ਹੈ ਤੇਰੀ। ਫੇਰ ਬੱਬਲ ਵਰਗੀ ਨੀ, ਮੈਂ ਤਾਂ ਬੱਬਲ ਆ। ਤੈਨੂੰ ਕੀ ਹੋ ਗਿਆ ਇਹੋ ਜੀ? ਐ ਕਾ ਬੀਤ ਗਈ ਤੂੰ, ਪਤਲੀ ਹੋ ਗਈ ਅੰਨੀ। ਲਹਿ ਬੀਤ ਕਾਣੂ ਗਈ? ਤੂੰ ਦੱਸ, ਮੈਂ ਫਿੱਟ ਲੱਗ ਰਹੀ ਹਾਂ, ਸਲਿਮ ਡ੍ਰੀਮ ਲੱਗਦੀ ਆ? ਮੈਂ ਤਾਂ ਆਪ ਹੀ ਕਹਿਣਾ ਵੀ ਤੂੰ ਇੰਨੀ ਪਤਲੀ ਕਿਵੇਂ ਹੋ ਗਈ, ਤੂੰ ਤਾਂ ਪੂਰੀ ਫਟੋ ਹੋਈ ਫਿਰਦੀ ਆ। ਮੈਂ ਵੱਡੀ ਫਿਲਮ 'ਚ ਕੰਮ ਮਿਲ ਗਿਆ। ਹਾਂ, ਉਹਨਾਂ ਨੇ ਕਿਹਾ 10 ਕਿਲੋ ਵਜਨ ਘਟਾਣਾ। ਹਾਂ, ਮੈਂ ਤਾਂ ਦਵਾਈ ਖਾਧੀ ਆ ਇਹਨਾਂ ਤੋਂ। ਕਿੰਨਾ ਤੋਂ? ਆ ਇਹਨਾਂ ਤੋਂ, ਹੋਰ ਤੈਨੂੰ ਦੱਸਦੀ ਆ। ਆ ਬੰਦਾ ਜਿਹੜਾ ਦਵਾਈ ਦਿੰਦਾ, ਹਾਂ, ਇਹਨੇ ਆਪਣਾ 70-80 ਕਿਲੋ ਵਜਨ ਘਟਾਇਆ। ਅੱਛਾ, ਆਪ ਘਟਾਇਆ ਵਜਨ ਆਪਦਾ? ਹਾਂ, ਆਡਾ ਮੋਟਾ ਹੁੰਦਾ ਸੀ। ਹਾਂ, ਆ ਹੁਣ ਤੇਰੇ ਵਰਗਾ ਹੋ ਗਿਆ, ਪਤਲਾ। ਹਾਂ, ਜਮਾ ਪਤਲਾ ਹੋ ਗਿਆ। ਫਿਰ ਉਹ ਕੋਈ ਮੋਟੇ ਹੋਣ ਦੀ ਦਵਾਈ ਨਹੀਂ ਹੈਗੀ? ਮੋਟੇ ਹੋਣ ਦੀ ਵੀ ਹੈਗੀ ਉਹਨਾਂ ਕੋਲ? ਮੈਂ ਹੋਣਾ ਮੋਟਾ ਫਿਰ? ਲੈ ਕੋਈ ਗੱਲ ਨਹੀਂ, ਮੈਂ ਤੈਨੂੰ ਦਵਾ ਦਾਂਗੀ। ਉਹ ਤਾਂ ਵੈਸੇ ਤੂੰ ਠੀਕ ਆ, ਚੱਲ ਕੋਈ ਨਾ, ਇਹਨਾਂ ਕੋਲ ਪਤਲੇ ਹੋਣ ਦੀ ਦਵਾਈ ਵੀ ਆ, ਮੋਟੇ ਹੋਣ ਦੀ ਵੀ ਆ। ਅੱਛਾ, ਆ ਨਾਲੇ ਤੈਨੂੰ ਇੱਕ ਹੋਰ ਗੱਲ ਦੱਸਾਂ। ਆ ਜਿਵੇਂ ਤੇਰਾ ਮੂੰਹ ਕਾਲਾ ਹੈ ਨਾ, ਮੱਥੇ ਤਾਂ ਨਹੀਂ ਕਹਿੰਦਾ ਹੁੰਦਾ, ਫਿਰ ਤੂੰ ਰੋੜੀ ਨਾ ਮੇਰੇ ਮੂੰਹ ਤੇ, ਹੋਰ ਕੀ ਆ? ਲੈ ਆ ਜਿਹੜਾ ਤੇਰਾ ਬੁੱਥਾ ਕਹਿ ਲੈਣੀ ਆ, ਜੇ ਮੂੰਹ ਨਹੀਂ ਕਹਿਣਾ, ਆ ਤੇਰਾ ਜਿਹੜਾ ਬੁੱਥਾ ਕਾਲਾ, ਇਹ ਵੀ ਚਿੱਟਾ ਹੋਣ ਦੀ ਦਵਾਈ ਆ। ਲੈ ਲੈ ਹੋਰ ਝੁਰੜੀਆਂ ਦਾ ਕੱਢਣ ਦਾ ਇਲਾਜ। ਝੁਰੜੀਆਂ ਸੁਣ ਤਾਂ ਲੈ ਪਹਿਲਾਂ ਪੂਰੀ ਗੱਲ। ਆ ਜੀ ਮੈਂ ਆ ਦੇਖ, ਝੁਰੜੀਆਂ ਪੈਂਦੀਆਂ, ਆ ਦੇਖ ਜਿਹੜੀ ਬੀਬੀ ਦੀ ਫੋਟੋ ਲਾਈ ਆ, ਕਿੱਡੀ ਸੋਹਣੀ ਲੱਗ ਰਹੀ ਆ। ਆ ਤੇਰੇ ਵਾਂਗੂ ਝੁਰੜੀਆਂ ਪੈਂਦੀਆਂ ਸੀ ਇਹਦੇ। ਆ ਹੁਣ ਜਮਾ ਹੋ ਗਈ, ਦੇਖ ਹੇਮਾ ਮਾਲਣੀ ਵਰਗੀ। ਫੇਰ ਹੋਰ ਹੋਰ ਵੀ ਕਾਛੇ ਦੀ ਦਵਾਈ ਹੈਗੀ? ਮੂੰਹ ਤੇ ਫੁੰਸੀਆਂ ਹੋਣ। ਲੈ ਸਕਿਨ ਦੀ ਦਵਾਈ ਹੈ ਨਾ ਕੋਲ? ਫੇਰ ਜੀ ਗੁੱਡ, ਤੂੰ ਦੇਖੀ ਦਵਾਈ ਲੈ ਕੇ ਦੇਖ। ਮੈਂ ਕਹਿੰਦੀ ਆ ਤੈਨੂੰ ਤਾਂ ਪਿੰਡ 'ਚ ਕੋਈ ਪਛਾਣੇਗਾ ਨੀ, ਤੂੰ ਤਾਂ ਅੰਗਰੇਜ਼ ਬਣ ਜਾਈਂ, ਐਨ ਗੋਰਾ ਚਿੱਟਾ। ਲੈ ਆ ਸਾਰੀਆਂ ਝੁਰੜੀਆਂ ਨਿਕਲ ਜਾਣਗੀਆਂ। ਫਿਰ ਉਹਨਾਂ ਦਾ ਮੈਨੂੰ ਉਹ ਦੇ, ਟੈਲੀਫੋਨ ਨੰਬਰ ਦੇ ਮੈਨੂੰ। ਇੱਕ ਤੈਨੂੰ ਹੋਰ ਗੱਲ ਦੱਸਦੀ ਆ। ਆ ਜੀ ਮੈਂ ਤੇਰਾ ਬੰਟੀ, ਹਾਂ, ਆ ਮੰਜੇ ਤੇ ਮੂਤ ਦਿੰਦਾ ਰਾਤ ਨੂੰ, ਜਵਾਕ ਆ ਤਾਂ ਫਿਰ ਨਿਆਣਾ, ਜਵਾਕ। ਹਾਂ, ਆਪਾਂ ਤਾਂ ਕਹਿੰਦੇ ਆ ਜਵਾਕ ਬਿਮਾਰੀ ਹੁੰਦੀ ਆ ਵੀ। ਅੱਛਾ, ਹਾਂ, ਇਹਦੀ ਵੀ ਦਵਾਈ ਦਿੰਦਾ? ਲੈ ਲੈ ਮੇਰੀ ਹੋਰ ਸੁਣ ਲੈ ਗੱਲ। ਹਾਂ, ਆਪਣਾ ਜਵਾਕ ਪੜਦਾ ਨਾ ਹੋਵੇ? ਪਰ ਉਹ ਕਿੱਥੇ ਪੜਦਾ, ਤਾਂ ਨਲਾਇਕ ਅਛਰੇ ਦਾ ਦਿਮਾਗ ਹੀ ਨਹੀਂ ਲਾਉਂਦਾ ਪੜਾਈ 'ਚ। ਪੜਾਈ 'ਚ ਵੀ ਦਿਮਾਗ ਲੱਗਣ ਲੱਗ ਜੂ, ਉਹ ਵੀ ਦਵਾਈ ਹੈਗੀ ਆ। ਲੈ ਹਾਂ, ਬਾਕੀ ਜਿਹੜਾ ਇਹ ਮੰਜੇ ਤੇ ਪਿਸ਼ਾਬ ਕਰਦਾ, ਹਾਂ, ਉਹਦੀ ਵੀ ਦਵਾਈ ਹੈਗੀ ਆ। ਲੈ ਫਿਰ ਮੇਰਾ ਤਾਂ ਸਾਰਾ ਦਿਨ ਤਾਂ ਬਿਸਤਰੇ ਧੋਂਦੇ ਦਾ ਲੰਘ ਜਾਂਦਾ, ਫਿਰ ਤੂੰ ਦਵਾ ਤਾਂ ਦਵਾਈ। ਮੈਂ ਇਹੀ ਤਾਂ ਤੈਨੂੰ ਕਹਿੰਨੀ ਆ, ਤੂੰ ਆਪ ਦੀ ਤਾਂ ਲਵੇਂਗਾ ਦੇਖ, ਤੈਨੂੰ ਮੈਂ ਦਵਾ ਦਾਂਗੀ ਮੋਟੇ ਹੋਣ ਦੀ। ਹਾਂ, ਮੈਂ ਮੋਟੇ ਹੋਣ ਦੀ ਵੀ ਨਾਲੇ, ਮਾੜਾ ਜੀ ਮੂੰਹ ਉਹ ਬੁੱਚੀ ਲੋਟ ਹੋ ਜੂ, ਚਕੰਨ ਚਕੁੰਨ ਕਹਿੰਦੇ ਨੇ ਜਿਹਨੂੰ। ਸਹੀ ਕਿਵੇਂ ਮੱਛਰ ਦਾ ਹੈ। ਚੱਲ ਕੋਈ ਨਾ, ਮੈਂ ਤੈਨੂੰ ਲੈ ਜਾਂਗੀ ਕੱਲ ਮੰਨੇ ਜਾਣਾ। ਤੂੰ ਮੈਨੂੰ ਨੰਬਰ, ਟੈਲੀਫੋਨ ਨੰਬਰ ਦੇ, ਮੈਂ ਹੁਣੀ ਜਾਣਾ ਕੀ ਜਾਣਾ। ਟੈਲੀਫੋਨ ਨੰਬਰ ਵੀ ਤੈਨੂੰ ਦੇ ਦਿੰਨੀ ਆ ਮੈਂ, ਤੇ ਨਾਲੇ ਇੱਕ ਹੋਰ ਗੱਲ ਦੱਸਾਂ ਤੈਨੂੰ, ਜੇ ਟੈਲੀਫੋਨ ਨੰਬਰ ਬਿਜੀ ਆਵੇ ਇਹਨਾਂ ਦਾ, ਕਿਉਂਕਿ ਕਸਟਮਰ ਦੇਖ ਬੰਤ ਬਾਲੇ ਆ, ਇਹ ਤਾਂ ਹੈ ਹੈ ਨਾ। ਅਗਲੇ ਹੁਣ ਜਿਵੇਂ ਤੇਰੇ ਮੇਰੇ ਵਰਗੇ ਕੋਈ ਜਾ ਨਹੀਂ ਸਕਦਾ, ਅਗਲਾ 100 ਗੱਲ ਪੁੱਛਣੀ ਹੁੰਦੀ ਆ ਫੋਨ ਤੇ, ਸਾਰਾ ਦਿਨ ਫੋਨ ਬਿਜੀ ਵੀ ਆ ਸਕਦਾ। ਫੇਰ ਇਹਨਾਂ ਦਾ ਤੂੰ WhatsApp ਤੇ ਮੈਸੇਜ ਵੀ ਕਰ ਸਕਦਾ। ਅੱਛਾ, ਨੈਟ ਤੇ ਫੋਨ ਕਰਾਂ? ਹਾਂ, ਤੂੰ WhatsApp ਤੇ ਇਹਨਾਂ ਨੂੰ ਮੈਸੇਜ ਵੀ ਕਰ ਸਕਦਾ, ਠੀਕ ਹੈ, ਤੇ ਫੋਨ ਵੀ ਕਰ ਸਕਦਾ, ਠੀਕ ਹੈ। ਬਾਕੀ ਇੱਕ ਮੇਰੀ ਹੋਰ ਗੱਲ ਸੁਣ ਲਾ। ਹਾਂ, ਤੇ ਤੇਰੇ ਕਿੱਥੇ ਨੇ ਪਹਿਲਾਂ ਮੈਨੂੰ ਦੱਸ। ਇਹ ਲੌਂਗੋਵਾਲ ਆ, ਲੌਂਗੋਵਾਲ ਮੇਰੇ ਪਿੰਡ ਲੱਭੇ। ਆ ਤੇਰੇ ਪਿੰਡ ਦੇ ਤਾਂ ਜਮਾ ਜੜ ਚਾ। ਓਹੋ ਲੈ ਮਤਾ ਹੁਣ ਬਗ ਦੂ, ਤੂੰ ਦੱਸ ਤਾਂ ਛਈ ਮੈਨੂੰ। ਲੈ ਤੈਨੂੰ ਹਲ ਤੱਕ ਪਤਾ ਹੀ ਨਹੀਂ ਵੀ ਲੌਂਗੋਵਾਲ ਛੱਡੀ ਹੋਇਆ ਹੈਗਾ? ਫਿਰ ਮੈਨੂੰ ਹੁਣ ਕੀ ਪਤਾ ਤੀ? ਤੂੰ ਮਾ ਦੇਖ, ਅਨਪੜ੍ਹ ਬੰਦੇ ਦਾ ਵੀ ਕਿੰਨਾ ਹੋਆ ਹੈਨਾ, ਜੇ ਤੂੰ 4 ਅੱਖਰ ਪੜਿਆ ਲਿਖਿਆ ਹੁੰਦਾ ਤਾਂ ਤੈਨੂੰ ਪਤਾ ਲੱਗ ਜਾਂਦਾ ਵੀ ਲੌਂਗੋਵਾਲ 'ਚ ਰਹਿੰਦੇ ਨੇ ਉਹ। ਮੈਂ ਤਾਂ ਫਿਰ ਅੱਜ ਹੀ ਜਾਣਾ, ਤੂੰ ਮੈਨੂੰ ਆਹ ਦੇ, ਲੌਂਗੋਵਾਲ ਦੇ ਬੰਦੇ ਨੇ, ਤੈਨੂੰ ਮੈਂ ਐਡਰੈਸ ਦੇ ਦੂੰਗੀ, ਠੀਕ ਹੈ? ਠੀਕ ਆ, ਤੈਨੂੰ ਇੱਕ ਵਾਰੀ ਦਿਖਾ ਵੀ ਲਿਆਉਂਗੀ ਆਪ ਦੇ ਨਾਲ ਲਿਜਾ ਕੇ। ਕਦੋਂ ਚੱਲੇ? ਤੜਕੇ ਚੱਲੀਏ ਫਿਰ? ਤੜਕੇ ਚੱਲਾਂਗੀ, ਬਸ ਤੂੰ ਤਿਆਰ ਸ਼ਿਆਰ ਹੋ ਕੇ ਆ ਜੀ। ਮੈਨੂੰ ਮੋਟੇ ਹੋਣ ਦੀ ਦਵਾਈ ਦਵਾ ਲਿਆ। ਤੈਨੂੰ ਮੋਟੇ ਹੋਣ ਦੀ ਵੀ ਦਵਾ ਦਾਂਗੀ? ਮੇਰੇ ਤਾਏ ਨੂੰ ਦਬਾਉਣੀ, ਉਹਨੂੰ ਪਤਲਾ ਹੋਣਾ, ਬਹੁਤ ਮੋਟਾ। ਤੇਰੇ ਤਾਏ ਨੂੰ ਵੀ ਨਾਲ ਲੈ ਲਈ, ਬਸ ਠੀਕ ਹੈ। ਉਹਨੂੰ ਭਾ ਪਤਲੇ ਹੋਣ ਦੀ ਦਵਾ ਦਾਂਗੇ, ਬਸ ਠੀਕ ਹੈ।
ਤੇ ਬਾਕੀ ਮੈਂ ਕਹਿੰਦੀ ਆ ਤੇਰੇ ਬੰਟੀ ਨੂੰ ਵੀ ਨਾਲ ਚੱਕ ਲਈ ਜਾਵੇ, ਬੰਟੀ ਨੂੰ ਲੈ ਚੱਲਾਂਗੇ ਨਾਲ, ਬੰਟੀ ਨੂੰ ਵੀ ਦਵਾ ਦਾਂਗੇ। ਹਾਂ ਬੰਟੀ ਦੀ ਮੰਮੀ ਨੂੰ ਤਾਂ ਨਹੀਂ ਕੋਈ ਪ੍ਰੋਬਲਮ, ਉਹ ਤਾਂ ਠੀਕ ਹੈ, ਜੇ ਗੋਰੀ ਗੋਰੀ ਹੋਣਾ ਨੂੰ ਵੀ ਦਵਾ ਦਾਂਗੇ। ਵਾਹ ਕੋਈ ਕਰੀ, ਮੈਂ ਕਹਿ ਰਹੀ ਆ ਉਹਦੇ ਜਿਹੜੇ ਉਹ ਪਿੰਪਲ ਜੇ ਹੋ ਰਹੇ ਸੀ, ਹੁਣਸੀਆਂ ਤਾਂ ਹੈ, ਹੁਣਸੀਆਂ ਫਿਰ ਉਹਨੂੰ ਵੀ ਲੈ ਚੱਲੀ। ਅੱਛਾ ਭਰ ਕੇ ਗੱਡੀ ਲੈ ਚੱਲ ਜਾ, ਤੜਕੇ ਆਪਾਂ ਕੀ ਲੈ ਜਾਣਾ ਕੁਛ, ਆਪਾਂ ਕਿਹੜਾ ਬਸ ਚ, ਆਪਾਂ ਗੱਡੀ ਚ ਭਗ ਜਾਵਾਂਗੇ। ਗੱਡੀ ਆਦੇ ਜਹਾਜ਼ ਵਰਗੀ ਤਾਂ ਗੱਡੀ ਆ, ਛੂਕਦੀ ਜਾਊ ਲੌਂਗੋਵਾਲ ਨੂੰ। ਆ ਲੈ ਇਹਨਾਂ ਦਾ ਇਹ ਨੰਬਰ ਆ ਦੇਖ, ਤੇ ਆਹ ਐਡਰੈਸ ਆ, ਲੌਂਗੋਵਾਲ ਦੇ ਬੰਦੇ ਨੇ, ਧਿਆਨ ਰੱਖੀ। ਠੀਕ ਹੈ, ਬਾਕੀ ਸਵੇਰੇ ਤਾਂ ਮੈਂ ਤੈਨੂੰ ਆਪਣੇ ਨਾਲ ਲੈ ਜਾਂਗੀ। ਬਸ ਠੀਕ ਹੈ, ਤੂੰ ਤਾਂ ਦੇਖੀ ਐ ਜਮਾ ਤੇਰੀਆਂ ਜਦ ਝੂਰੜੀਆਂ ਝਾੜੜੀਆਂ ਨਿਕਲੀਆਂ ਬੰਦ, ਇਹ ਨਹੀਂ ਪਤਾ ਤੈਨੂੰ ਕੋਈ ਵੱਡੀ ਫਿਲਮ ਚ ਲੈ ਲੇ, ਤੂੰ ਤਾਂ ਐਡਾ ਸੋਹਣਾ ਲੱਗੇਗਾ, ਖਬੜਾ ਪਛੰਦ ਆ ਜਾਂ ਕਿਛੇ ਦੇ ਮੈਂ ਕਹਿ ਜਾਣਿਆ। ਹੁਣ ਤੇਰਾ ਵਿਆਹ ਤਾਂ ਹੋਇਆ, ਹੁਣ ਤੂੰ ਦੁਬਾਰਾ ਦੁਬਾਰਾ ਪਸੰਦ ਆ ਕੇ ਕੀ ਕਰਨਾ? ਬਾਹਰ ਜੀ ਬਾਹਰ ਰੱਖ ਲਾਂਗੇ ਕੋਈ, ਮੈਂ ਲਾਵਾਂ ਜੁੱਤੀ ਲਈ ਮੱਖਾ, ਚੱਲ ਮੈਨੂੰ ਕਾਰਡ ਦੇ ਫਿਰ ਮੈਂ ਕਰੂੰਗਾ ਲੋਨ ਲੈ ਫੜ। ਆਸ ਧਿਆਨ ਨਾਲ ਨੰਬਰ ਵੀ ਲਾ ਕੇ ਦੇਖ ਲਈ, ਟੈਲੀਫੋਨ ਕਰੂੰ ਉਹਨਾਂ ਨੂੰ, ਨਾਲੇ ਆਪਣੀ ਘਰ ਵਾਲੀ ਨੂੰ ਵੀ ਤਿਆਰ ਕਰ ਲਈ ਸਵੇਰੇ, ਨਾਲੇ ਕਰ ਲਈ ਬੰਟੀ ਨੂੰ ਤਿਆਰ। ਠੀਕ ਹੈ, ਮੈਂ ਆਵਾਂਗੀ, ਕਿੰਨੇ ਕੁ ਵਜੇ ਆਵਾਂ ਫਿਰ ਚੱਲਾਂਗੇ? 8 ਵਜੇ ਚੱਲ ਜਾਂ, 8:30 ਵਜੇ ਬਸ ਠੀਕ ਹੈ, ਤੇਰੀ ਗੱਡੀ ਚ ਭਗ ਜਾਾਂਗੇ ਆਪਾਂ, ਚੱਲ ਲਾਂਗੇ। ਠੀਕ ਹੈ ਠੀਕ ਹੈ, ਤੂੰ ਤਾਂ ਦੇਖੀ ਮਾਂ ਕਿਆ ਪਛਾਣਿਆ ਨਹੀਂ ਜਾਣਾ, ਜਿਵੇਂ ਮੈਂ ਨਹੀਂ ਪਛਾਣੀ ਜਾਂਦੀ, ਤੂੰ ਤਾਂ ਪਤਾ ਆਪਣੀ ਕਹਿਣਾ ਪਛਾਣ ਚ ਨਹੀਂ ਆਉਂਦੀ। ਆ ਦੇਖ ਕਿੱਡੀ ਫਿੱਟ ਹੋ ਗਈ ਆ ਮੈਂ ਤਾਂ, ਫਿੱਟ ਹੋ ਗਈ, ਮੇਰੇ ਤਾਂ ਸਾਰੇ ਸੂਟ ਖੁੱਲੇ ਹੋ ਗਏ, ਫੇਰ ਲੈ ਹੋਰ। ਆ ਦੇਖ ਲੈ ਆ ਦਰਜੀ ਤਾਂ ਹੁਣੇ ਸਿਉ ਨੰਬਰ ਵਾਕੀ ਲਈ ਐ ਇਸ ਚ, ਮਾਂ ਐਵੇਂ ਐਵੇਂ ਮੇਰੇ ਤਾਏ ਨੂੰ ਪਤਲਾ ਕਰਨਾ, ਮੈਂ ਮੋਟਾ ਹੋਣਾ, ਐਂ ਜਬਾਨ ਬਣਨਾ ਦੁਬਾਰੇ। ਲੈ ਮੈਂ ਕਹਿੰਨੀ ਆ ਤੂੰ ਫਿਕਰ ਹੀ ਨਾ ਕਰ, ਚਾਹ ਫਿਰ ਸਵੇਰੇ ਚੱਲਦੇ ਆ। ਹੈ ਠੀਕ ਆ ਫਿਰ, ਚੰਗਾ ਚੱਲ ਚੱਲ ਠੀਕ ਆ, ਹੁਣ ਤਾਂ ਹੱਥ ਮਿਲਾਇਆ ਕਰ ਤੂੰ, ਐਨ ਹੈਂਡਸਮ ਹੋ ਜਾਏਗਾ ਹੁਣ ਤਾਂ। ਚੱਲ ਬਾਏ, ਚੰਗਾ ਬਾਏ, ਤਿਆਰ ਹੋ ਜੀ ਟਾਈਮ ਨਾਲ। ਓ ਹੋ ਆ ਚੱਲ ਬੱਬੜਾ, ਓਰੇ ਆ, ਹਾਂ ਓਏ ਓਰੇ ਆ, ਮੁੜ ਕੇ ਆ, ਗੱਲ ਤਾਂ ਰਹੀ ਗਈ ਬੱਚ ਬਚਾਲੇ, ਮੈਂ ਆ ਗਈ। ਹੁਣ ਕੀ ਹੋ ਗਿਆ? ਓ ਮੈਂ ਤੈਨੂੰ ਐ ਕਹਿਣਾ, ਮਖਾ ਆਪਣੇ ਮੁੰਡੇ ਦੇ ਬਾਲ ਝੜਦੇ ਨੇ, ਕਦੇ ਹੈਗਾਗਾ 18-19 ਸਾਲਾਂ ਦਾ। ਲੈ ਮੈਂ ਸੱਚ ਤੈਨੂੰ ਦੱਸਣਾ ਹੀ ਭੁੱਲ ਗਈ, ਇਹਨਾਂ ਕੋਲ ਤਾਂ ਬਾਲ ਝੜਨ ਦੀ ਦਵਾਈ ਵੀ ਹੈਗੀ ਆ। ਲੈ ਇੱਕ ਹੋਰ ਸੱਚ, ਜਿਵੇਂ ਆ ਅੱਖਾਂ ਦੇ ਆਲੇ-ਦਾਲੇ ਆਪਣੇ ਕਾਲੀ ਜਗ੍ਹਾ ਨਹੀਂ ਹੋ ਜਾਂਦੀ ਹੈਗੀ, ਉਹਨਾਂ ਦੀ ਵੀ ਹੈਗੀ ਆ। ਫੇੜ, ਹਾਂ ਜੇ ਕਿਸੇ ਦੇ ਹੈਗੀ ਉਹ ਵੀ ਦਵਾ ਦੀ। ਫੇੜ ਲੈ ਹੋਰ ਇੱਕ ਸੱਚ ਹੋਰ, ਆ ਜਿਵੇਂ ਆਪਣੇ ਹੱਥ ਪੈਰ ਸੁੰਨ ਹੁੰਦੇ ਆ, ਆ ਇਹਨਾਂ ਦੀ ਵੀ ਬਹੁਤ ਵਧੀਆ ਦਵਾਈ ਆ, ਸੁੰਨ ਜਾਂਦੇ ਨੇ, ਕਮਜ਼ੋਰੀ ਦੀ ਮਾਰ, ਅੱਖਾਂ ਮੂਰੇ ਹਨੇਰਾ ਜਾਂਦਾ, ਹਾਂ ਆ ਸਾਰੀਆਂ ਹੈਗੀਆਂ ਨੇ ਦਵਾਈਆਂ। ਫੇੜ ਲੈ ਫਿਰ ਤਾਂ ਤੜਕੇ ਚੱਲੋ। ਹੋਰ ਲਓ ਜੀ, ਜਿਹੜੇ ਦੇ ਅਸੀਂ ਗੱਲ ਕਰੀ ਆ ਉਹ ਡਾਕਟਰ ਲੌਂਗੋਵਾਲ ਤੋਂ ਨੇ, ਹਨਾ, ਤੇ ਉਹਨਾਂ ਨੇ ਕੋਈ ਪ੍ਰੋਡਕਟ ਬਣਾਏ ਨੇ ਆਪਦੇ, ਬਹੁਤ ਵਧੀਆ ਐਕਸਪੀਰੀਅੰਸ ਆ ਉਹਨਾਂ ਦਾ, ਤੇ ਉਹਨਾਂ ਨੇ ਆਪ ਵੀ ਦਵਾਈ ਪਹਿਲਾਂ ਖਾ ਕੇ ਦੇਖੀ ਆ, ਤਾਂ ਉਹਨਾਂ ਨੇ ਆਪਦਾ 7 ਮਹੀਨਿਆਂ ਦੇ ਵਿੱਚ 80 ਕਿਲੋ ਵੇਟ ਘਟਾਇਆ ਗਾ। ਉਹਨਾਂ ਨੇ ਪਹਿਲਾਂ ਆਪਣੇ ਤੇ ਉਹ ਪ੍ਰੋਡਕਟ ਯੂਜ਼ ਕਰਕੇ ਦੇਖਿਆ ਜੀ, ਤੇ ਫਿਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਿਆ ਹੈਗਾ। ਜਿਹਦਾ ਵੇਟ ਘਟਦਾ ਨਹੀਂ ਤਾਂ ਉਹਦੀ ਵੀ ਦਵਾਈ ਹੈਗੀ ਆ, ਜਿਹਦਾ ਵਾਧਾ ਨਹੀਂ ਉਹਦੀ ਵੀ ਹੈਗੀ ਆ, ਤੇ ਆਪਣੇ 9 ਸੁੱਕ ਜਾਂਦੇ ਨੇ ਹੱਥਾਂ ਪੈਰਾਂ ਦੇ, ਤੇ ਉਹਨਾਂ ਦੀ ਵੀ ਦਵਾਈ ਹੈਗੀ ਆ, ਬਾਲ ਝੜਦੇ ਨੇ ਕਈ ਵਾਰੀ, ਗੰਜਾਪਣ ਆ ਜਾਂਦਾ ਆਪਣੇ, ਜਾਂ ਕਿ ਸ਼ੈਂਪੂ ਕਿਸੇ ਚੀਜ਼ ਦੇ ਕਾਰਨ, ਚਲੋ ਲਾ ਲਓ ਹਨਾ, ਤਾਂ ਉਹ ਵੀ ਦਵਾਈ ਹੈਗੀ ਆ ਬਾਲ ਝੜਨ ਦੀ। ਅੱਖਾਂ ਮੂਰੇ ਆ ਕਾਲਸ ਜੀ ਆ ਜਾਂਦੀ, ਅੱਖਾਂ ਮੂਰੇ ਹਨੇਰਾ ਆ ਜਾਂਦਾ ਜਦੋਂ ਆਪਾਂ ਉੱਠਦੇ ਬੈਠਦੇ ਆ, ਜਿਵੇਂ ਆਹ ਬੰਤ ਦਾ ਮੂੰਹ ਕਾਲਾ, ਇਹ ਵੀ ਚਿੱਟਾ ਹੋ ਜਾਂਦਾ, ਆ ਜਿਵੇਂ ਝੁਰੜੀਆਂ ਪਈਆਂ ਹੋਈਆਂ, ਝੁਰੜੀਆਂ ਪੈਂਦੀਆਂ ਨੇ ਉਹਦੀ ਵੀ, ਤੇ ਫੁਣਸੀਆਂ ਨੇ ਫੇਸ ਤੇ, ਉਹਦੀ ਵੀ ਦਵਾਈ ਹੈਗੀ ਆ, ਤੇ ਯਾਨੀ ਕਿ ਬਹੁਤ ਵਧੀਆ ਪ੍ਰੋਡਕਟ ਨੇ ਉਹਨਾਂ ਕੋਲੇ, ਤਾਂ ਅਸੀਂ ਉਹਨਾਂ ਦਾ ਨੰਬਰ ਤੁਹਾਨੂੰ ਆਈਡੀ ਦੇ ਥੱਲੇ ਮੈਂਸ਼ਨ ਕਰਾਂਗੇ, ਮੈਂਸ਼ਨ ਕਰਾਂਗੇ ਹਾਂਜੀ, ਤੇ ਉਹਨਾਂ ਦੀ ਆਈਡੀ ਵੀ ਮੈਂਸ਼ਨ ਕਰਾਂਗੇ, ਤੁਸੀਂ ਕੰਟੈਕਟ ਕਰੋ। ਅਗਰ ਬਾਈ ਉਹਨਾਂ ਦਾ ਫੋਨ ਬੀਜੀ ਆਉਂਦਾ ਤਾਂ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ, ਤੁਹਾਨੂੰ ਆਪੇ ਰਿਪਲਾਈ ਕਰਨ, ਤੇ ਬਹੁਤ ਵਧੀਆ। ਬਾਕੀ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਹਨਾ, ਖੁਦ ਤੁਸੀਂ ਅਜਮਾ ਕੇ ਦੇਖ ਲਓ, ਫਿਰ ਤੁਸੀਂ ਕਿਸੇ ਹੋਰ ਨੂੰ ਕਹਿ ਸਕਦੇ ਹੋ। ਹਾਂ ਹਾਂਜੀ ਠੀਕ ਆਹੋ।